ਪੰਜਾਬ ਸਰਕਾਰ ਅਤੇ ਪੰਜਾਬ ਦੇ ਮਾਣਯੋਗ ਡੀਜੀਪੀ ਸ਼੍ਰੀ ਸੁਰੇਸ਼ ਅਰੋੜਾ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਅਤੇ ਐਸਐਸਪੀ ਸੰਗਰੂਰ ਸਰਦਾਰ ਮਨਦੀਪ ਸਿੰਘ ਸਿੱਧੂ ਦੀ ਰਹਿਨੁਮਾਈ ਵਿੱਚ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪ੍ਰਿੰਸੀਪਲ ਡਾਕਟਰ ਸੁਖਬੀਰ ਸਿੰਘ ਥਿੰਦ ਦੀ ਅਗਵਾਈ ਵਿੱਚ ਸਟਾਫ ਅਤੇ ਵਿਦਿਆਰਥੀਆਂ ਨੂੰ ਅਸਲਾ ਮੁਕਤ ਖੇਤਰ ਸੰਬੰਧੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਸੁਨਾਮ ਦੇ ਡੀਐਸਪੀ ਸ਼੍ਰੀ ਵਿਲੀਅਮ ਜੇਜ਼ੀ ਪੀਪੀਐਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸੰਬੰਧੀ ਵਿਦਿਆਰਥੀਆਂ ਵਿੱਚੋਂ ਕਮਲਦੀਪ ਸਿੰਘ ਅਤੇ ਭੁਪਿੰਦਰ ਕੌਰ ਨੇ ਸਮਾਜ ਵਿੱਚ ਫੈਲ ਰਹੇ ਅਸਲਾ ਕਲਚਰ ਅਤੇ ਉਹਨਾਂ ਦੇ ਕਾਰਨਾਂ ਬਾਰੇ ਦੱਸਿਆ। ਸੈਮੀਨਾਰ ਲਗਾਇਆ ਜਾ ਰਿਹਾ ਹੈ, ਉਸ ਦਾ ਮੁੱਖ ਉਦੇਸ਼ ਹੈ ਕਿ ਸਾਡੇ ਇਸ ਕੈਂਪਸ ਨੂੰ ਫ੍ਰੀ ਜ਼ੋਨ ਬਣਾਉਣਾ, ਕਿ ਇੱਥੇ ਕੋਈ ਵਿਦਿਆਰਥੀ ਹਥਿਆਰ ਨਾ ਲੈ ਕੇ ਆਵੇ, ਕੋਈ ਬਾਹਰੋਂ ਇਸ ਤਰ੍ਹਾਂ ਦੇ ਅਨਸਰ ਆ ਜਾਂਦੇ ਨੇ ਤਾਂ ਜੋ ਵਿਦਿਆਰਥੀਆਂ 'ਚ ਪੈਨਿਕ ਐਂਡ ਫੀਅਰ ਕ੍ਰੀਏਟ ਹੋ ਜਾਂਦਾ। ਇਹ ਸਰਕਾਰ ਵੱਲੋਂ ਚੱਕਿਆ ਗਿਆ ਬਹੁਤ ਅੱਛਾ ਕਦਮ ਹੈ। ਅਸੀਂ ਇਸ ਦੇ ਲਈ ਲਾਇਸੈਂਸ ਲਈ ਵੀ ਅਪਲਾਈ ਕਰ ਰਹੇ ਹਾਂ ਤਾਂ ਜੋ ਸਾਡਾ ਇਹ ਉਦੇਸ਼ ਪੂਰਾ ਹੋ ਸਕੇ, ਫ੍ਰੀ ਜ਼ੋਨ ਕੈਂਪਸ। ਇਹਦੇ 'ਚ ਇੱਕ ਜਿਹੜਾ ਸਾਡੇ ਕੋਲ ਉੱਪਰੋਂ ਡੀਜੀਪੀ ਸਾਹਿਬ ਵੱਲੋਂ ਲੈਟਰਸ ਆਏ ਨੇ, ਅਸੀਂ ਫ੍ਰੀ ਜ਼ੋਨ ਡਿਕਲੇਅਰ ਕਰਨੇ ਨੇ, ਆਰਮਸ ਫ੍ਰੀ ਜ਼ੋਨ, ਫ੍ਰੀ ਆਰਮ ਜ਼ੋਨ ਡਿਕਲੇਅਰ ਕਰਨੇ ਨੇ। ਉਹ ਸੈਕਸ਼ਨ 46 ਆਰਮਸ ਐਕਟ ਦੀ ਹੈ, ਜਿਹਦੇ ਤਹਿਤ ਅਸੀਂ ਇੱਕ ਲਾਇਸੈਂਸ ਇਸ਼ੂ ਕਰਾਂਗੇ। ਜਿਹੜਾ ਉਹ ਏਰੀਆ ਹੋਊਗਾ ਉਹ ਫ੍ਰੀ ਆਰਮ ਜ਼ੋਨ ਹੋਊਗਾ, ਉੱਥੇ ਕੋਈ ਵੀ ਵਿਅਕਤੀ ਆਪਣਾ ਆਰਮ ਨਹੀਂ ਲੈ ਕੇ ਜਾ ਸਕਦਾ, ਚਾਹੇ ਉਹ ਲਾਇਸੈਂਸੀ ਹੈ ਚਾਹੇ ਵਿਦਾਊਟ ਲਾਇਸੈਂਸ ਹੈ। ਉਹ ਟੋਟਲੀ ਅਸੀਂ ਐਜੂਕੇਸ਼ਨ ਇੰਸਟੀਚਿਊਟਸ ਜਿੱਥੇ ਅਤੇ ਮੈਰਿਜ ਪੈਲਸਿਸ ਅਤੇ ਰਿਲੀਜੀਅਸ ਇੰਸਟੀਚਿਊਟ ਉਹਨਾਂ ਨੂੰ ਅਸੀਂ ਲੈ ਰਹੇ ਹਾਂ, ਜਿੱਥੇ ਕੋਈ ਇੰਸੀਡੈਂਟ ਹੋਣ ਦਾ ਡਰ ਹੁੰਦਾ, ਜਿੱਥੇ ਜ਼ਿਆਦਾ ਲੜਾਈ ਵਗੈਰਾ ਦੀ ਜਾਂ ਮੈਰਿਜ ਪੈਲਸਾਂ 'ਚ ਤੁਹਾਨੂੰ ਦੇਖਿਆ ਕਈ ਇੰਸੀਡੈਂਟ ਹੋਏ ਨੇ, ਕਾਲਜਸ ਵਗੈਰਾ 'ਚ ਹੋਏ ਨੇ, ਉਹਨੂੰ ਅਵੋਇਡ ਕਰਨ ਲਈ ਅਸੀਂ ਇੱਦਾਂ ਦੀ ਉਹਦੇ ਵਿੱਚ ਲੈ ਕੇ ਆ ਰਹੇ ਹਾਂ ਤਾਂ ਕਿ ਇਹਨਾਂ ਨੂੰ ਲਾਇਸੈਂਸ ਇਸ਼ੂ ਕਰ ਦਈਏ ਅਤੇ ਅਸੀਂ ਫ੍ਰੀ ਆਰਮ ਜ਼ੋਨ ਬਣਾਈਏ। ਜੇ ਕੋਈ ਬੰਦਾ ਉੱਥੇ ਆਰਮਸ ਲੈ ਕੇ ਆਉਂਦਾ ਤਾਂ ਉਹਦੇ ਖਿਲਾਫ਼ ਐਕਸ਼ਨ ਲਿਆ ਜਾਊ। ਸੁਨਾਮ ਤੋਂ ਅਨਿਲ ਕੁਮਾਰ ਦੀ ਰਿਪੋਰਟ, ਚੈਨਲ 2।